मेडिकल प्रैक्टिशनर एसोसीएशन पंजाब के सूबा प्रधान डॉक्टर रमेश कुमार बाली के दिशा निर्देशों हेठ सूबा कमेटी वालों लिए गए फैसले अनुसार पंजाब के समूह विधायकों जथेबंदी दी मंगा संबंधी मंग पत्र सौंपे जाने की लड़ी के तहत अज जथेबंदी की जिला इकाई रूपनगर वालों जिला प्रधान डॉक्टर वेद प्रकाश के चेयरमैन डॉक्टर सीताराम की अगवाई हेठ जिला इकाई के समूह अहुदेदारा ने अपन वक्त मंगा संबंधी रूपनगर तो हल्का विधायक अमरजीत सिंह संधुआ उन्होंने निवास स्थान जाके मंग पत्र दिता। इस मौके अहुदेदार ने जानकारी दिंदिया दस्सिया कि उन्होंने जथेबंदी बीते लंबे समय तो अपनी वक्त मंगा जिमें कि पिंडां दे डाक्टरां दी योग्यता तय करके 6 से 12 महीने का कोर्स करवा के प्रैक्टिस करन दा अधिकार देण तजुर्बे के आधार पर रजिस्ट्रेशन आयुर्वेद बोर्ड वालों करन दे नाल नाल बाहरले सूबे तो रजिस्टर्ड डाक्टर नूं पंजाब च प्रैक्टिस करन दी मानता देण दीआं मंगां संबंधी संघर्ष कर रहे हैं। जिस तहत अज इन मंगा लई जिथे हलका विधायक संधवा नूं मंग पत्र दिता गया उत्थे ही आने वाले दिनों विच वी पंजाब दे समुचे कांग्रसी विधायकों के संसदा करा करके उन्होंने मंग पत्र दिते जाणगे। इस मौके गल करदिआं विधायक संधवा ने कहा कि बीतियां सूबे दीआं सरकारां ते मौजूदा पंजाब सरकार पंजाब दा सिहत ढांचा सरपक्की तरीके नाल चलाउण च फेल साबित होईआं हन। पंजाब दा वड्डा पेंडू खेता पिंडां विच प्रैक्टिस करदे डाक्टरां ते निर्भर हन जो कि बहुत घट पैसे लोगों सेहत सेवावान दे रहे हैं। इसलिए पिंड के डाक्टर तो बिना पंजाब का सेहत ढांचा चलाना औखा है। इसलिए उन्हें विश्वास दवादियां कहा कि 2022 पंजाब आम आदमी पार्टी सरकार आने से पिंड प्रैक्टिस कर रहे इन डाक्टर के मसले को गंभीरता विचारते हुए इन दंगा का हल किया जाएगा। ब्यूरो रिपोर्ट मेरा पंजाब न्यूज़। तो ਕਿਹੜੀਆਂ ਮੰਗਾਂ ਨੇ ਲੈ ਕੇ ਤੁਸੀਂ ਵਿਧਾਇਕ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਉਹਦੇ ਬਾਰੇ ਵੀ ਦੱਸੋ ਜੀ। ਅੱਜ ਅਸੀਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਡਾਕਟਰ ਵੇਦ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ ਅਤੇ ਸੰਧਵਾ ਸਾਹਿਬ ਨੂੰ ਆਪਣੀਆਂ ਜੋ ਬਣਦੀ ਹੱਕੀ ਮੰਗਾਂ ਜਿਹੜੀਆਂ ਉਹਦੇ ਵਾਸਤੇ ਅੱਜ ਮੰਗ ਪੱਤਰ ਦੇਣਾ ਸੀ ਜਿਹੜਾ ਕਿ ਸਾਡਾ ਸਟੇਟ ਵੱਲੋਂ ਸਾਨੂੰ ਹੁਕਮ ਹੋਇਆ ਉਹਦੇ ਵਿੱਚ ਸਾਡੀਆਂ ਮੰਗਾਂ ਕਿ ਇੱਕ ਤਾਂ ਤਜਰਬੇ ਦੇ ਆਧਾਰ 'ਤੇ ਜਿਹੜਾ ਹੈਗਾ ਕੋਈ ਰਿਫਰੈਸ਼ਮੈਂਟ ਕੋਰਸ ਕਰਾ ਕੇ ਸਰਕਾਰ ਸਾਨੂੰ ਰਜਿਸਟਰਡ ਕਰੇ। ਦੂਜੀ ਸਾਡੀ ਮੰਗ ਹੈ ਜਾਂ ਸਾਨੂੰ ਜਿਹੜੇ ਬਾਹਰਲੇ ਸੂਬਿਆਂ ਤੋਂ ਰਜਿਸਟਰ ਸਾਡੇ ਸਾਥੀ ਪ੍ਰੈਕਟੀਸ਼ਨਰ ਹੈਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਮਾਨਤਾ ਦੇਵੇ ਅਤੇ ਤੀਸਰਾ ਜਿਹੜਾ ਹੈਗਾ ਜਿੰਨੇ ਵੀ ਸਾਥੀ ਜਿਹੜੇ ਹੈਗੇ ਆ ਸਾਡੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੇਰੇ ਨੂੰ ਸਮਝਦਾ ਕਿ ਅਸੀਂ ਕਰੋਨਾ ਕਾਲ ਦੇ ਵਿੱਚ ਆਪਣੀ ਜ਼ਿੰਦਗੀਆਂ ਦਾਮਾਂ 'ਤੇ ਲਾ ਕੇ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਵਿਚਰ ਕੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਕੋਵਿਡ ਦੇ ਵਿੱਚ ਸਹਾਇਤਾ ਕਰ ਸਕਦੇ ਸੀ ਕੀਤੀ ਹੈ ਅਤੇ ਮੈਂ ਚਾਹੁੰਦਾ ਕਿ ਸਰਕਾਰ ਸਾਡਾ ਮਾਨਤਾ ਜਿਹੜਾ ਬਹਾਲ ਕਰਕੇ ਸਾਨੂੰ ਕੋਈ ਰਿਫਰੈਸ਼ਮੈਂਟ ਕੋਰਸ ਕਰਾ ਕੇ ਸਾਨੂੰ ਮਾਨਤਾ ਦੇਵੇ ਜਾਂ ਸਾਨੂੰ ਬਾਹਰਲੇ ਸੂਬਿਆਂ ਤੋਂ ਰਜਿਸਟਰ ਜਿਹੜੇ ਉਹਨਾਂ ਨੂੰ ਕਿੱਥੇ ਮਾਨਤਾ ਦੇਵੇ ਅਤੇ ਜਾਂ ਜਿਹੜੇ ਕੋਈ ਆਪਣੇ ਵੱਲੋਂ ਨਵਾਂ ਕੋਈ ਕੋਰਸ ਤਿਆਰ ਕਰਕੇ ਸਾਡੇ ਵਾਸਤੇ ਸਾਨੂੰ ਉਹਦੇ ਵਿੱਚ ਰਜਿਸਟਰ ਕਰ ਦੇਵੇ। ਅਸੀਂ ਕੋਈ ਸਰਕਾਰੀ ਨੌਕਰੀ ਤਾਂ ਮੰਗਦੇ ਨਹੀਂ ਅਤੇ ਇਸ ਕਰਕੇ ਅਸੀਂ ਯੂਨੀਅਨ ਦਾ ਧੰਨਵਾਦ ਕਰਦੇ ਸਾਰੇ ਸਾਥੀ ਅਸੀਂ ਆਏ ਹਾਂ ਤਰਸਿੰਦਵਾ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਡੀ ਸਰਕਾਰ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚੇ। ਆਉਣ ਵਾਲੇ ਸਮੇਂ ਤੁਹਾਡੇ ਜਥੇਬੰਦੀ ਵੱਲੋਂ ਕਿਹੜਾ ਸੰਘਰਸ਼ ਤੈਅ ਕੀਤਾ ਜਾ ਰਿਹਾ ਹੈ? ਆਉਣ ਵਾਲੇ ਸਮੇਂ ਦੇ ਵਿੱਚ ਅਸੀਂ MP ਲੈਵਲ ਦੇ ਉੱਪਰ ਵੀ ਜਿਹੜੇ ਹੈਗੇ ਆ ਕਾਂਗਰਸ ਦੇ MLA ਆ ਅਸੀਂ ਉਹਨਾਂ ਦਾ ਘਰਾਓ ਕਰਕੇ ਉਹਨਾਂ ਦੇ ਘਰਾਂ ਦਾ ਘਰਾਓ ਕਰਕੇ ਅਤੇ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇਣਾ ਹੈਗਾ। ਇਸੇ ਤਰ੍ਹਾਂ ਇੱਥੇ ਆਪੋਜੀਸ਼ਨ ਪਾਰਟੀ ਨਾਲ ਤਾਂ ਅਸੀਂ ਸ਼ਾਂਤੀ ਨਾਲ ਦੇ ਰਹੇ ਹਾਂ ਅਤੇ ਜਿਹੜੀ ਪਾਰਟੀ ਹਕੂਮਤ ਦੇ ਵਿੱਚ ਆ ਕਾਂਗਰਸ ਪਾਰਟੀ ਅਤੇ ਉਹਨਾਂ ਦਾ ਚੰਗਾ ਅਸੀਂ ਵਿਰੋਧਤਾ ਕਰਦੇ ਹੋਏ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ। ਮੈਡੀਕਲ ਪੈਟੀਸ਼ਨ ਨੂੰ ਤੁਹਾਨੂੰ ਮੰਗ ਪੱਤਰ ਦਿੱਤਾ ਸੀ, ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ, ਕੀ ਕਹਿਣਾ ਤੁਹਾਡੇ ਬਾਰੇ? ਦੇਖੋ ਇਹ ਵਿਚਾਰੇ ਸਾਡੇ ਪਿੰਡਾਂ ਦੇ ਵਿੱਚ ਮੁੱਢਲੀ ਸਹੂਲਤਾਂ ਜਿਹੜੀ ਕਿ ਸਰਕਾਰਾਂ ਦੇ ਵੱਲੋਂ ਫੇਲ ਚੁੱਕੀ ਹੈ, ਇਹ ਵਿਚਾਰੇ ਪਿੰਡਾਂ ਦੇ ਵਿੱਚ ਬੈਠ ਕੇ ਸਾਡੇ ਲੋਕਾਂ ਦੀ ਮੁੱਢਲੀ ਸਹੂਲਤਾਂ ਦੇ ਰਹੇ ਆ। ਜਦੋਂ ਵੀ ਕਿਸੇ ਨੂੰ ਬਿਮਾਰ ਪੈਂਦਾ, ਕੋਈ ਛੋਟੀ ਮੋਟੀ ਬਿਮਾਰੀ ਹੁੰਦੀ, ਉਸੇ ਟਾਈਮ ਉਹਨੂੰ ਦਵਾਈ ਦਿੰਦੇ ਆ। ਬਹੁਤ ਖਿਆਲ ਰੱਖਦੇ ਪਿੰਡਾਂ 'ਚ, ਜੇ ਡਾਕਟਰ ਨਾ ਹੋਣ ਸਮਝ ਲਓ ਇਲਾਜ ਨਹੀਂ ਹੋ ਸਕਦਾ ਸਾਡਾ, ਹੈ ਤਾਂ ਇਸ ਕਰਕੇ ਸਰਕਾਰਾਂ ਦਾ ਫੇਲ ਹੋ ਚੁੱਕੇ ਆ। ਪਰ ਆਮ ਆਦਮੀ ਪਾਰਟੀ ਸਰਕਾਰ ਆਣ ਕੇ ਇਹਨਾਂ ਦੀ ਜਿੰਨੀਆਂ ਵੀ ਮੰਗਾਂ ਹੋਣਗੀਆਂ ਅਸੀਂ ਆਪਣੇ ਮੈਨੀਫੈਸਟੋ 'ਚ ਲਿਆਂਗੇ ਔਰ ਇਹਨਾਂ ਦੇ ਮਸਲੇ ਹੱਲ ਕਰਾਂਗੇ। ਜਿਹੜੀਆਂ ਇਹਨਾਂ ਦੀਆਂ ਜ਼ਰੂਰਤਾਂ ਹੈਗੀਆਂ, ਇਹਨਾਂ ਦੇ ਚਾਹੀਦਾ ਜੋ ਇਹਨਾਂ ਨੂੰ, ਉਹ ਜਦੋਂ ਵੀ 2022 'ਚ ਆਵਾਂਗੇ ਤੁਹਾਡੀ ਸਰਕਾਰ ਆਉਂਗੀ, ਉਹ ਇਹਨਾਂ ਦੇ ਮਸਲੇ ਪਹਿਲੇ ਦਾ ਰਹੇ।